ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਭ ਦਾ ਸਾਡੇ ਯੂਟਿਊਬ ਚੈਨਲ 'ਤੇ। ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਖਾਸ ਟੋਪਿਕ ਹੈ ਕਿ ਇਹ ਮੇਰੀ ਜਿਹੜੀ ਫੇਵਰੇਟ ਪੱਗ ਹੈ ਅਤੇ ਸਾਰੇ ਵੀਰ ਇਹਨੂੰ ਬਹੁਤ ਲਾਈਕ ਕਰਦੇ ਨੇ, ਮੋਰਨੀ ਪੱਗ ਜਿਹੜੀ ਪੁਰਾਣੇ ਸਮੇਂ 'ਚ ਬੰਨਣ ਵਾਲੀ ਪੱਗ ਸੀ ਅਤੇ ਜਿਹਨੂੰ ਅੱਜ ਵੀ ਬਹੁਤ ਜ਼ਿਆਦਾ ਮੋਟਿਵ ਦਿੱਤਾ ਜਾਂਦਾ ਹਰ ਇੱਕ ਕੰਪੀਟੀਸ਼ਨ ਵਿੱਚ, ਹਰ ਇੱਕ ਥਾਂ 'ਤੇ ਜਿਹੜੀ ਮੋਰਨੀ ਪੱਗ ਬਹੁਤ ਸੋਹਣੀ ਲੱਗਦੀ ਹੈ ਬੰਨੀ ਹੋਈ। ਅਤੇ ਅੱਜ ਅਸੀਂ 5 ਰਨਾਂ ਵਾਲੀ ਮੋਰਨੀ ਦੀ ਵੀਡੀਓ ਲੈ ਕੇ ਆਏ ਹਾਂ ਅਤੇ ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਵੀਡੀਓ ਹੈ ਇਹਨੂੰ ਸਕਿੱਪ ਨਾ ਕਰਿਓ, ਕਿਉਂਕਿ ਬਹੁਤ ਹੀ ਖਾਸ ਟੋਪਿਕ ਆ ਦਿੱਤਾ ਅਤੇ ਉਮੀਦ ਹੈ ਸਭ ਨੂੰ ਪਸੰਦ ਆਊਗਾ। ਅਤੇ ਇਹ ਟੋਪਿਕ ਵਿੱਚ ਤੁਹਾਨੂੰ ਬਹੁਤ ਖਾਸ ਤਰੀਕੇ ਨਾਲ ਸਮਝਾਇਆ ਗਿਆ ਅਤੇ ਫਿਰ ਕਹਿ ਦੇਣਾ ਚਾਹੁੰਦੇ ਹਾਂ ਕਿ ਵੀਡੀਓ ਨੂੰ ਸਕਿੱਪ ਨਾ ਕਰਨਾ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਸਿਰਫ 13 ਮਿੰਟ ਦੀ ਵੀਡੀਓ ਹੈ, 13 ਮਿੰਟ ਫਰੀ ਹੋ ਕੇ, ਚਾਹੇ ਹੁਣ ਨਾ ਦੇਖੋ ਜਦੋਂ ਵੀ ਦੇਖੋ, ਬਟ ਪੂਰੀ ਜ਼ਰੂਰ ਦੇਖਣਾ। ਜਦੋਂ ਫਰੀ ਹੋ ਗਏ ਚਾਹੇ ਉਦੋਂ ਦੇਖ ਲੈਣਾ, ਪਰ 13 ਮਿੰਟ ਜ਼ਰੂਰ ਸਾਡੇ ਲਈ ਕੱਢਣਾ ਕਿਉਂਕਿ ਬਹੁਤ ਹੀ ਖਾਸ ਟੋਪਿਕ ਆ। ਪਹਿਲਾਂ ਲੜ ਤੁਸੀਂ ਦੇਖ ਸਕਦੇ ਆਪਾਂ ਕਿੱਦਾਂ ਲਾਇਆ, ਜਮ੍ਹਾਂ ਹੀ ਸਾਫ਼ ਕਰਕੇ ਵਿੱਚੋਂ ਨਹੀਂ ਆਪਾਂ ਨੇ ਰੱਖ ਕੇ ਲਾ ਲੈਣਾ, ਜਿਵੇਂ ਆਪਾਂ ਹੋਰਾਂ ਪੱਗਾਂ ਵਿੱਚ ਲਾਉਂਦੇ ਹਾਂ ਬਸ ਉਸ ਤਰੀਕੇ ਨਾਲ ਲਾਉਣਾ। ਇਸ ਵਿੱਚ ਥੋੜ੍ਹਾ ਟੇਢਾ ਕਰਕੇ ਨਹੀਂ ਲਾਉਣਾ, ਆਪਾਂ ਨੇ ਤਿਰਕੀ ਸ਼ੇਪ ਵਿੱਚ ਲਾਉਣਾ ਤਾਂ ਜੋ ਆਪਣੀ ਪੱਗ ਮੋਰ ਨਹੀਂ ਲੱਗੇ। ਅਤੇ ਹੁਣ ਜਿਹੜਾ ਆਪਾਂ ਨੇ ਉੱਪਰ ਦੇ ਲੜ 'ਚ ਪਹਿਲਾਂ ਲੜ ਲਾਉਣਾ, ਉਹ ਵੀ ਆਪਾਂ ਨੇ ਜਿੱਥੇ ਆਪਣੀ ਪੱਗ ਦੀ ਆਪਾਂ ਨੇ ਸ਼ੇਪ ਬਣਾਉਣੀ ਹੈ ਉੱਨੀ ਕੁ ਆਪਾਂ ਰੱਖ ਕੇ ਅੰਗੂਠੇ ਨਾਲ ਚੱਕ ਲੈਣਾ, ਪਿੰਚ ਕਰਨਾ। ਇਸ ਵਿੱਚ ਤੁਸੀਂ ਪਿੰਚ ਕਰਨਾ ਖਾਸ ਧਿਆਨ ਰੱਖਣਾ ਕਿਉਂਕਿ ਇਹ ਜਿਹੜੇ ਲੜਨੇ ਇਸ ਵਿੱਚ ਸਾਫ਼ ਕਰਕੇ ਜਿਹੜੇ ਵਧੇ ਲਾਤੇ ਨੇ, ਅਤੇ ਇਹਨੂੰ ਜਦੋਂ ਤੱਕ ਪਿੰਚ ਉਦੋਂ ਤੱਕ ਪਿੰਚ ਕਰੋ ਜਦੋਂ ਤੱਕ ਆਪਣਾ ਲੜ ਵਧੇ ਨਾ ਬਣਦਾ ਹੋਵੇ। ਤੁਸੀਂ ਦੇਖ ਸਕਦੇ ਆਪਾਂ ਨੇ 4 ਵਾਰ ਪਿੰਚ ਕੀਤਾ ਲੜ ਨੂੰ, ਚੌਥੀ ਵਾਰ ਜਾ ਕੇ ਜਿਹੜਾ ਲੜ ਵਧੀਆ ਬਣਿਆ। ਹੁਣ ਆਪਾਂ ਨੇ ਜਿੱਥੇ ਪਹਿਲਾਂ ਲੜ ਲਾਇਆ ਉਸ ਤੋਂ ਇੱਕ ਉਂਗਲ ਦਾ ਗੈਪ ਦੇ ਕੇ ਉੱਥੇ ਲਗਾ ਲੈਣਾ। ਜੇ 5 ਲੜਾਂ ਦੀ ਪੱਗ ਹੈ ਤੁਸੀਂ ਥੋੜ੍ਹਾ ਜ਼ਿਆਦਾ ਡਿਫਰੈਂਸ ਦੇ ਸਕਦੇ ਹੋ ਕਿਉਂਕਿ ਸ਼ੇਪ ਵਧੀਆ ਬਣੂਗੀ, 5 ਲੜਾਂ ਵੀ ਸ਼ੇਪ ਆ ਥੋੜ੍ਹਾ ਡਿਫਰੈਂਸ ਜ਼ਿਆਦਾ ਮਾਰਾਂਗੇ। ਜੇ 6 ਲੜ ਪਾਉਂਦੇ ਹੋ ਤੁਸੀਂ ਤਾਂ ਫਿਰ ਤੁਸੀਂ ਘੱਟ ਵੀ ਡਿਫਰੈਂਸ ਦੇ ਸਕਦੇ ਹੋ। 5 ਲੜਾਂ ਦੀ ਮੋਰਨੀ ਪੱਗ ਕਿਉਂਕਿ ਜ਼ਿਆਦਾ ਵੱਡੀ ਵੀ ਨਹੀਂ ਲੱਗਦੀ ਫੇਸ 'ਤੇ, ਅਤੇ ਜ਼ਿਆਦਾ ਮਤਲਬ ਉੱਪਰ ਵੀ ਨਹੀਂ ਲੱਗਦੀ ਫੇਸ ਤੋਂ ਅਤੇ ਫੇਸ ਤੋਂ ਛੋਟੀ ਵੀ ਨਹੀਂ ਲੱਗਦੀ, ਜਿਹੜੀ ਮਤਲਬ ਬਿਲਕੁਲ ਪਰਫੈਕਟ ਲੱਗਦੀ ਹੈ। ਸ਼ੇਪ ਵੀ ਬਿਲਕੁਲ ਮੂੰਹ 'ਤੇ ਜਿਹੜੀ ਪਰਫੈਕਟ ਲੱਗਦੀ ਹੈ, ਹਰ ਇੱਕ ਵੀਰ ਦੇ ਮਤਲਬ ਬੰਨੀ ਹੋਈ ਆ ਪੱਗ ਜੱਚਦੀ ਹੈ। ਬਹੁਤ ਵੀਰਾਂ ਦੀ ਡਿਮਾਂਡ 'ਤੇ ਲੈ ਕੇ ਆਇਆ, ਬਹੁਤ ਚੀਰਾਂ ਦਾ ਮੈਂ ਸੋਚ ਰਿਹਾ ਸੀਗਾ ਕਿ ਮੋਰਨੀ ਪੱਗ ਦੇ ਵੀਡੀਓ ਲੈ ਕੇ ਆਈਏ। ਹੁਣ ਆਪਾਂ ਨੇ 3ਰਾ ਲੜ ਲਾਉਣਾ, ਪਹਿਲਾਂ 3ਰਾ ਲੜ ਆਪਾਂ ਨੇ ਤਿਆਰ ਕਰਨਾ ਜਿੱਥੇ ਆਪਾਂ ਨੇ ਪਹਿਲਾ ਲੜ ਲਾਇਆ ਅਤੇ 2ਰਾ ਲੜ ਲਾਇਆ ਉਸ ਤਰੀਕੇ ਨਾਲ ਇੱਕ ਉਂਗਲ ਦਾ ਗੈਪ ਦੇ ਕੇ ਉੱਥੇ ਵੀ ਇਹੀ ਲੜ ਲਾਉਣਾ। ਪਹਿਲਾਂ ਥੱਲੇ ਨੂੰ ਖਿੱਚ ਲਓ ਲੜ ਨੂੰ, ਪਿੱਛੇ ਵੱਲ ਨੂੰ ਫੋਲਡ ਕਰ ਲਓ, ਦੋਨੋਂ ਸਾਈਡ ਤੋਂ ਬਰਾਬਰ ਦੀ ਹੁੰਦੀ ਪੱਗ ਕਿਉਂਕਿ ਇਹ ਮੋਰਨੀ ਪੱਗ ਹੈ। ਕਈ ਵੀਰ ਕਹਿੰਦੇ ਹਨ ਕਿ ਦੋਨੋਂ ਸਾਈਡ ਤੋਂ ਬਰਾਬਰ ਹੁੰਦੀ ਹੈ ਪੱਗ ਮੋਰਨੀ, ਜਾਂ ਇੱਕ ਸਾਈਡ ਤੋਂ ਘੱਟ ਛੋਟੀ ਹੁੰਦੀ ਹੈ, ਉਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ। ਜਿਹੜੀ ਲੜਾਂ ਵਾਲੀ ਸਾਈਡ ਉਹ ਥੋੜ੍ਹੀ ਛੋਟੀ ਹੁੰਦੀ ਹੈ, ਦੂਜੀ ਸਾਈਡ ਜਿਹੜੀ ਥੋੜ੍ਹੀ ਹਲਕੀ ਜਿਹੀ ਉੱਪਰ ਹੁੰਦੀ ਹੈ, ਜ਼ਿਆਦਾ ਵੀ ਨਹੀਂ ਥੋੜ੍ਹੀ ਜਿਹੀ ਉੱਪਰ ਹੁੰਦੀ ਹੈ। ਤੁਸੀਂ ਬਿਲਕੁਲ ਬਰਾਬਰ ਵੀ ਬਣ ਸਕਦੇ ਹੋ, ਆਪਣੀ ਆਪਣੀ ਬੰਨਣ ਦੀ ਉਹ ਹੁੰਦੀ ਹੈ। ਵੈਸੇ ਜੇ ਆਪਣੀ ਇੱਕ ਸਾਈਡ 'ਤੇ ਛੋਟੀ ਅਤੇ ਇੱਕ ਸਾਈਡ 'ਤੇ ਵੱਡੀ ਹੋਵੇ ਉਹ ਜ਼ਿਆਦਾ ਸਮਝ ਲੱਗਦੀ ਹੈ। 3 ਲੜ ਜਿਹੜੇ ਆਪਣੇ ਪੈ ਚੁੱਕੇ ਹਨ, ਦੇਖੋ ਤੁਸੀਂ ਬਿਲਕੁਲ ਸਾਫ਼ ਲੜ ਨੂੰ ਜ਼ਿਆਦਾ ਖੋਲ੍ਹ ਕੇ ਪਾਉਣਾ ਇਸ ਪੱਗ ਵਿੱਚ। ਹੋਰ ਜਿਵੇਂ ਪਟਿਆਸ਼ੇ ਬੰਦੇ ਹੁੰਦੇ ਆ ਉਸ 'ਤੇ ਆਪਾਂ ਲੜ ਨੂੰ ਕੋਈ ਜ਼ਿਆਦਾ ਹੋਲਡ ਕਰਨਾ ਹੁੰਦਾ ਪਿੱਛੇ ਨੂੰ, ਇਸ ਨੂੰ ਜ਼ਿਆਦਾ ਹੋਲਡ ਨਹੀਂ ਕਰਨਾ ਕਿਉਂਕਿ ਆਪਾਂ ਸ਼ੇਪ ਜਿਹੜੀ ਹੈ ਬਿਲਕੁਲ ਇੱਕੋ ਰੱਖਣੀ ਹੈ ਤਾਂ ਜੋ ਆਪਣੀ ਪੱਗ ਵਿੱਚੋਂ ਲੜ ਬਾਹਰ ਨਾ ਜਾਣ। ਬਾਜ ਫੇਰ ਲਓ ਲੜਾਂ 'ਚ, ਜਿਹੜੇ ਵੱਟ ਨੇ ਨਾਲ ਦੇਣਾ ਸਾਫ਼ ਕਰ ਲਓ। ਬਾਜ ਤੁਹਾਨੂੰ ਦਿੱਕਤ ਆਉਂਦੀ ਹੈ ਕਿਉਂਕਿ ਜੇ ਤੁਸੀਂ ਬਾਜ ਫੇਰੋਗੇ ਤੁਹਾਡੇ ਜਿਹੜੇ ਵੱਟ ਬਿਲਕੁਲ ਨਹੀਂ ਨਿਕਲਣਗੇ, ਨਾਲ ਦੇ ਨਾਲ ਫੇਰੋਗੇ ਤਾਂ ਬਿਲਕੁਲ ਲੜ ਜਿਹੜੇ ਸਾਫ਼ ਹੋ ਜਾਣਗੇ। ਇੱਕ ਵਾਰ ਫੇਰ ਕਹਿ ਦੇਣਾ ਚਾਹੁੰਦੇ ਹਾਂ, ਜੇਕਰ ਤੁਸੀਂ ਫ੍ਰੀ ਨਹੀਂ ਹੈਗੇ ਤੁਸੀਂ ਵੀਡੀਓ ਨੂੰ ਬੰਦ ਕਰ ਸਕਦੇ ਹੋ, ਬਟ ਇਸ ਨੂੰ ਇੱਕ ਵਾਰ ਜ਼ਰੂਰ ਪੂਰਾ ਦੇਖਿਓ। ਆਪਣੇ ਭਰਾ ਦੀ ਸਿਰਫ ਇੰਨੀ ਕੁ ਗੱਲ ਮੰਨਦੇ ਕਿਉਂਕਿ ਬਹੁਤ ਹੀ ਖਾਸ ਟੋਪਿਕ ਹੈ ਅਤੇ ਮੇਰੀ ਫੇਵਰੇਟ ਪੱਗ ਹੈ। ਤੁਹਾਨੂੰ ਵੀ ਉਮੀਦ ਹੈ ਜਿਹੜੀ ਆ ਵੀਡੀਓ ਪਸੰਦ ਆਊਗੀ ਕਿਉਂਕਿ 5 ਲੜਾਂ ਦੀ ਪੱਗ ਫੇਸ 'ਤੇ ਜਿਹੜੀ ਜਚਣੀ ਬਹੁਤ ਵੱਡੀ ਗੱਲ ਹੈ। ਹੁਣ ਆਪਾਂ 4ਰਾ ਲੜ ਲਾਉਣਾ, ਬਹੁਤ ਸਿੰਪਲ ਤਰੀਕੇ ਨਾਲ ਤੁਹਾਨੂੰ ਇਹ ਪੱਗ ਬੰਨ ਕੇ ਦਿਖਾਈ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਬੰਨੀ ਹੋਈ ਹੈ, ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਜਿੱਥੇ ਆਪਾਂ ਨੇ ਉੱਪਰਲੇ ਲੜਾਂ 'ਚੋਂ 2 ਦੂਜਾ ਲੜ ਲਾਇਆ ਉੱਥੇ ਆਪਾਂ ਨੇ ਉੱਪਰਲੇ ਲੜਾਂ 'ਚੋਂ 3ਰਾ ਲੜ ਲਾਉਣਾ, ਜਮ੍ਹਾਂ ਹੀ ਨਾਲ ਕਰਕੇ ਲੜ ਲੈਣਾ ਤਾਂ ਜੋ ਮੋਰਨੀ ਪੱਗ ਦੀ ਜਿਹੜੀ ਬਿਲਕੁਲ ਸ਼ੇਪ ਬਣ ਸਕੇ। ਹੁਣ ਲੜਾਂ ਵਾਲੇ ਪਾਸਿਓਂ ਆਪਾਂ 4ਰਾ ਲੜ ਲਾਉਣਾ, ਪਹਿਲਾਂ ਥੱਲੇ ਨੂੰ ਖਿੱਚਣਾ ਲੜ ਨੂੰ, ਹੁਣ ਪਿੱਛੇ ਵੱਲ ਨੂੰ ਫੋਲਡ ਕਰਕੇ ਪਿੰਚ ਕਰਨਾ। ਡਿਫਰੈਂਸ ਤੁਸੀਂ ਦੇਖ ਸਕਦੇ ਹੋ ਲੜਾਂ ਦਾ ਕਿਵੇਂ ਰੱਖਣਾ, ਹੱਥਾਂ ਦੀ ਪੋਜੀਸ਼ਨ ਨੂੰ ਧਿਆਨ ਵਿੱਚ ਰੱਖੋ। ਅਤੇ ਜਿਹੜੀ ਆ ਪੱਗ ਆਪਣੀ ਇਹ 5.5 ਮੀਟਰ ਦੀ ਪੱਗ ਹੈ, 5.5 ਮੀਟਰ ਅਤੇ ਕੱਪੜਾ ਜਿਹੜਾ ਫੁੱਲ ਬੋਲ, ਤੁਸੀਂ ਫੁੱਲ ਬੋਲ ਵਿੱਚ ਬਹੁਤ ਕੱਪੜੇ ਆਉਂਦੇ ਹਨ, ਬਟ ਤੁਸੀਂ ਵੀਮਲ ਕੱਪੜਾ ਯੂਜ਼ ਕਰ ਸਕਦੇ, ਵੀਮਲ ਦਾ ਕੱਪੜਾ ਜਿਹੜਾ ਬਹੁਤ ਬੈਸਟ ਹੈ। ਹੁਣ ਆਪਾਂ ਲੜ ਸਾਫ਼ ਕਰਾਂਗੇ, ਉੱਪਰਲੇ ਪਾਸਿਓਂ ਵੀ ਤੁਸੀਂ ਪਹਿਲਾਂ ਲੜ ਬਣਾ ਲਓ ਤਾਂ ਜੋ ਜਿਹੜੀ ਬੈਕ ਸਾਈਡ ਤੋਂ ਵੀ ਸ਼ੇਪ ਬਣ ਸਕੇ ਪੱਗ ਦੀ। ਨਾਲ ਦੇ ਨਾਲ ਤੁਸੀਂ ਉੱਪਰਲੇ ਲੜਾਂ 'ਚ ਵੀ ਹੱਥ ਫੇਰੀਓ, ਬਾਅਦ 'ਚ ਤੁਹਾਨੂੰ ਇੱਦਾਂ ਦਿੱਕਤ ਨਹੀਂ ਆਊਗੀ।
ਹੁਣ ਆਵਾਜ਼ ਨਾਲ ਆਪਾਂ ਲੜ ਚੱਕਾਂਗੇ ਉੱਪਰ ਨੂੰ। ਸ਼ੇਪ ਤੁਸੀਂ ਦੇਖ ਸਕਦੇ ਹੋ ਚਾਰ ਲੜਾਂ ਵਿੱਚ ਵੀ ਵਧੀਆ ਬਣ ਚੁੱਕੀ ਹੈ। ਪੰਜਵਾਂ ਲੜ ਲਵਾਂਗੇ ਆਪਾਂ, ਉਸ ਦੇ ਨਾਲ ਬਿਲਕੁਲ ਪਰਫੈਕਟ ਸ਼ੇਪ ਬਣ ਜੂਗੀ। ਹੁਣ ਆਪਾਂ ਬਾਜ ਫੇਰਾਂਗੇ, ਪਹਿਲਾਂ ਆਪਾਂ ਥੱਲੇ ਵਾਲੇ ਲੜਾਂ 'ਚ ਫੇਰਾਂਗੇ ਫਿਰ ਉੱਪਰ ਵਾਲੇ ਲੜ 'ਚ। ਬਾਜ ਹਮੇਸ਼ਾ ਪਿੱਛੋਂ ਫੇਰਨਾ ਸਟਾਰਟ ਕਰਿਆ ਕਰੋ। ਹੁਣ ਲੜਨ ਨੂੰ ਹਲਕਾ ਹਲਕਾ ਦਬਾ ਲਾਂਗੇ ਅਤੇ ਜਿਹੜਾ ਜਿੱਥੇ ਆਪਣੇ ਪਹਿਲੇ ਲੜ 'ਚ ਵੱਟ ਪਏ ਹਨ ਉਸ 'ਚੋਂ ਆਪਾਂ ਕੱਢਾਂਗੇ, ਉਹ ਤੋਂ ਬਾਅਦ ਵਿੱਚ ਕੱਢਾਂਗੇ ਬਾਲਾਂ ਆਪਾਂ ਲੜ ਲਾਉਂਦੇ ਹਾਂ। ਹੁਣ ਆਪਾਂ ਨੇ ਲੈਣਾ ਪੰਜਵਾਂ ਲੜ ਜਿਹੜਾ ਪੱਗ, ਇਹ ਪੱਗ ਵਿੱਚ ਸ਼ਾਹੀ ਲੜ ਮੰਨਿਆ ਜਾਂਦਾ ਕਿਉਂਕਿ ਇਹ ਲੜਨ ਨਾਲ ਜਿਹੜੀ ਆਪਣੀ ਪੱਗ ਦੀ ਬਿਲਕੁਲ ਸ਼ੇਪ ਤਿਆਰ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਕਲਗੀ ਲੜ ਲਾਉਂਦੇ ਹੁੰਦੇ ਹਾਂ, ਬਟ ਇਹ ਲੜ 'ਤੇ ਤੁਸੀਂ ਖਾਸ ਧਿਆਨ ਰੱਖਣਾ ਕਿਉਂਕਿ ਇਹ ਲੜਨ ਨੇ ਪੂਰੀ ਸ਼ੇਪ ਬਣਾਉਣੀ ਹੈ ਤੁਹਾਡੀ ਪੱਗ ਦੀ, ਜਿਹਨੂੰ ਪੰਜਵਾਂ ਲੜ ਆਪਾਂ ਕਹਿ ਰਹੇ ਹਾਂ। ਅਤੇ ਬਹੁਤ ਵਧੀਆ ਤਰੀਕੇ ਨਾਲ ਲਾਉਣਾ ਇਹਨੂੰ ਤਾਂ ਜੋ ਤੁਹਾਡੀ ਪੱਗ ਦੀ ਸ਼ੇਪ ਜਿਹੜੀ ਬਿਲਕੁਲ ਪਰਫੈਕਟ ਲੱਗੇ। ਲੜ ਤੁਸੀਂ ਦੇਖ ਸਕਦੇ ਕਿੱਦਾਂ ਬਣਾਉਣਾ ਆਪਾਂ, ਮੋਟਾ ਪਾਸਾ ਉੱਪਰ ਕਰਨਾ ਅਤੇ ਮੀਡੀਅਮ ਦੇ ਲੜ ਨੂੰ ਫੋਲਡ ਕਰਨਾ। ਇਸ ਵਿੱਚ ਆਪਾਂ ਐਂ ਨਹੀਂ ਕਰਨਾ ਕਿ ਬਿਲਕੁਲ ਮੋਟਾ ਉੱਪਰ ਕਰਤਾ ਅਤੇ ਜਮ੍ਹਾਂ ਹੀ ਪਤਲਾ ਥੱਲੇ ਕਰਤਾ, ਕਿਉਂਕਿ ਬਿਲਕੁਲ ਇਕੁਅਲ ਡਿਫਰੈਂਸ ਰੱਖਣਾ ਕਿਉਂਕਿ ਮੋਰਨੀ ਪੱਗ ਦਾ ਇਹ ਜਿਹੜਾ ਖਾਸ ਤਰੀਕਾ ਹੁੰਦਾ ਇਕੁਅਲ ਡਿਫਰੈਂਸ। ਤੁਸੀਂ ਦੇਖ ਸਕਦੇ ਹੋ ਕਿੱਦਾਂ ਆਪਾਂ ਰੱਖਿਆ। ਹੁਣ ਆਪਾਂ ਨੇ ਅੰਗੂਠੇ ਦੀ ਮਦਦ ਨਾਲ ਵਿਚਕਾਰੋਂ ਲੜ ਨੂੰ ਚੱਕਣਾ, ਪਹਿਲਾਂ ਲੜ ਨੂੰ ਫੋਲਡ ਕਰਦਾ ਥੱਲੇ ਨੂੰ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਿਲਕੁਲ ਇਕੁਅਲ 'ਚ ਰੱਖਣਾ ਇਹਨੂੰ। ਇਹ ਕਿਉਂਕਿ ਪਟਿਆਲਾ ਸ਼ੀ ਪੱਗ ਨਹੀਂ ਹੈ, ਮੋਰਨੀ ਪੱਗ ਹੈ, ਇਸ ਵਿੱਚ ਜਿਹੜਾ ਇੱਦਾਂ ਜ਼ਿਆਦਾ ਜੱਸਦਾ। ਕਈ ਵਾਰ ਆਪਾਂ ਜੇ ਇੱਦਾਂ ਨਹੀਂ ਕਰਦੇ ਬਾਅਦ ਵਿੱਚ ਕੰਨ ਲਈ ਪ੍ਰੋਬਲਮ ਆਉਂਦੀ ਹੈ। ਹੁਣ ਸਿੰਪਲੀ ਲੜ ਨੂੰ ਪਿੰਚ ਕਰ ਸਕਦੇ ਹੋ, ਪਹਿਲਾਂ ਲੜ ਨੂੰ ਥੱਲੇ ਨੂੰ ਪ੍ਰੈਸ ਕਰੋ, ਹੁਣ ਲੜ ਨੂੰ ਪਿੱਛੇ ਵੱਲ ਨੂੰ ਫੋਲਡ ਕਰ ਦਿਓ ਨਾਲ ਦੇ ਨਾਲ। ਹੁਣ ਥੱਲੇ ਵੱਲ ਨੂੰ ਫੋਲਡ ਕਰਨਾ ਆਪਾਂ, ਪਿੰਚ ਕਰੋ ਅਤੇ ਥੱਲੇ ਵੱਲ ਨੂੰ ਫੋਲਡ ਕਰ ਦਿਓ। ਤੁਹਾਨੂੰ ਇਹ ਪੱਗ ਵਿੱਚ ਬਹੁਤ ਹੀ ਸਿੰਪਲ ਵੇ ਨਾਲ ਦੱਸਿਆ ਗਿਆ, ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਊਗੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਸਿਰਫ ਪਲੀਜ਼ ਇੱਕ ਗੱਲ ਜ਼ਰੂਰ ਮੰਨ ਲਓ, ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਹੋਰ ਮੈਂ ਵੀ ਇਹ ਚਾਹੁੰਦਾ ਕਿ ਵੀਰਾਂ ਨੂੰ ਹੋਰਾਂ ਨੂੰ ਵੀ ਜਿਹੜੇ ਆ ਬਹੁਤ ਸਿੰਪਲ ਨਾਲ ਬਹੁਤ ਸਿੰਪਲ ਤਰੀਕੇ ਨਾਲ ਦੱਸਿਆ ਗਿਆ, ਉਹਨਾਂ ਨੂੰ ਵੀ ਇਹ ਸਮਝ ਲੱਗ ਸਕੇ ਕਿ ਕਿਵੇਂ ਮੋਰਨੀ ਪੱਗ ਬਣਨੀ ਹੈ। ਕਈ ਵੀਰ ਕਿਉਂਕਿ ਜਿਨ੍ਹਾਂ ਨੇ ਮੋਰਨੀ ਪੱਗ ਦੀ ਬੰਨ ਕੇ ਨਹੀਂ ਦੇਖੀ ਉਹ ਵੀ ਇਹ ਵੀਡੀਓ ਦੇਖਣਗੇ ਤਾਂ ਉਹਨਾਂ ਨੂੰ ਵੀ ਕੁਛ ਕੁ ਨਵਾਂ ਸਿੱਖਣ ਨੂੰ ਮਿਲੂਗਾ ਅਤੇ ਉਹ ਜ਼ਰੂਰ ਟਰਾਈ ਕਰਨਗੇ ਜੇ ਉਹਨਾਂ ਨੂੰ ਪੱਗ ਵਧੀਆ ਲੱਗੀ ਹੋਊਗੀ। ਅਤੇ ਇਹੀ ਕਹਿਣਾ ਚਾਹਾਂਗੇ ਇਹ ਵੀਡੀਓ ਪਸੰਦ ਲੱਗੀ ਆ, ਲਾਈਕ ਕਰਨ ਦੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਜਿੰਨੇ ਵੀ ਤੁਹਾਡੇ ਫੈਮਿਲੀ ਮੈਂਬਰ, ਜਿੰਨੇ ਵੀ ਤੁਹਾਡੇ ਯਾਰ ਬੇਲੀ ਨੇ। ਬਾਕੀ ਅਕਸਰ ਅਸੀਂ ਹਰ ਇੱਕ ਵੀਰ ਦੀ ਡਿਮਾਂਡ ਪੂਰੀ ਕਰਦੇ ਹਾਂ, ਇਹ ਪੱਗ 'ਤੇ ਵੀ ਬਹੁਤ ਚੀਰਾਂ ਦੀ ਅਸੀਂ ਵੀਡੀਓ ਬਣਾਉਣੀ ਸੋਚ ਰਹੇ ਸੀ ਅਤੇ ਡਿਮਾਂਡ ਵੀ ਬਹੁਤ ਵੀਰਾਂ ਦੀ ਆਈ ਹੈ ਤਾਂ ਹੀ ਅੱਜ ਵੀਡੀਓ ਲੈ ਕੇ ਆਏ ਹਾਂ। ਲਾਸਟ ਵੀਡੀਓ ਆਪਾਂ ਜਿਹੜੀ ਅਪਲੋਡ ਕੀਤੀ ਸੀ ਗੌਰਵ ਰਾਮਗੜੀਆ ਵੀਰ ਵਰਗੀ ਪੱਗ, ਉਹ ਵੀਡੀਓ ਦਾ ਵੀ ਬਹੁਤ ਵਧੀਆ ਰਿਵਿਊ ਦੇਖਣ ਨੂੰ ਮਿਲ ਰਿਹਾ, ਸਾਰਿਆਂ ਦਾ ਦਿਲੋਂ ਧੰਨਵਾਦ ਕਿਉਂਕਿ ਜਿਹੜੇ ਵੀਰ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ। ਅਤੇ ਉਮੀਦ ਹੈ ਇਹ ਵੀਡੀਓ ਨੂੰ ਵੀ ਤੁਸੀਂ ਉਸੇ ਤਰੀਕੇ ਨਾਲ ਸ਼ੇਅਰ ਕਰੋਗੇ, ਤੁਹਾਡਾ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ। ਬਾਅਦ ਤੁਸੀਂ ਦੇਖ ਸਕਦੇ ਕਿੱਦਾਂ ਫੇਰਨਾ। ਹੁਣ ਆਪਾਂ ਇੱਕ ਵਾਰ ਲੜਦੇ ਉੱਪਰ ਵੱਲ ਨੂੰ ਵੀ ਬਾਅਦ ਫੇਰ ਲੈਣਾ ਤਾਂ ਜੋ ਬਿਲਕੁਲ ਸ਼ੇਪ ਤਿਆਰ ਹੋ ਸਕੇ। ਹਲਕਾ ਹਲਕਾ ਲੜਾਂ ਨੂੰ ਥ੍ਰੀ ਡੀ ਕਰ ਸਕਦੇ ਹੋ, ਮੋਟਾਈ ਵਿੱਚ ਰੱਖੋ ਲੜ ਨੂੰ ਕਿਉਂਕਿ ਜਿਹੜਾ ਹੁਣ ਪਹਿਲੇ ਲੜ 'ਚ ਆਪਾਂ ਵੱਟ ਕੱਢਣੇ ਆ। ਦੇਖ ਸਕਦੇ ਪਹਿਲੇ ਲੜ ਵਿੱਚ ਆਪਣੇ ਪਿੱਛੇ ਵਾਲੀ ਸਾਈਡ ਲੜ ਸਿਰਫ ਪਹਿਲੇ ਲੜ 'ਚ ਹੀ ਵੱਟ ਪਏ ਹੋਏ ਆ, ਉਸ 'ਚ ਆਪਾਂ ਕੱਢਾਂਗੇ ਵੱਟ। ਹੁਣ ਦੇਖ ਸਕਦੇ ਤੁਸੀਂ ਕਿੱਦਾਂ ਕੱਢਣੇ ਆ, ਲੜ ਨੂੰ ਥੱਲੇ ਨੂੰ ਪ੍ਰੈਸ ਕਰਕੇ ਪਿੱਛੋਂ ਦੀ ਮਾਰਨਾ ਬਾਅਦ। ਹੁਣ ਜਿਹੜੇ ਆਪਣੇ ਲੜ ਨੇ ਸਾਰੇ ਸਾਫ਼ ਹੋ ਚੁੱਕੇ ਨੇ ਬਿਲਕੁਲ ਪਰਫੈਕਟ। ਹੁਣ ਆਪਾਂ ਕਲਗੀ ਲੜ ਲਾਉਣਾ, ਪਹਿਲਾਂ ਸ਼ੇਪ ਬਣਾ ਲਓ ਪੱਗ ਦੀ ਕਿਉਂਕਿ ਕਲਗੀ ਲੜ ਲਾਉਣ ਤੋਂ ਬਾਅਦ ਜਿਹੜੀ ਪੱਗ ਦੀ ਸ਼ੇਪ ਬਿਲਕੁਲ ਤਿਆਰ ਨਹੀਂ ਹੁੰਦੀ, ਸ਼ੇਪ ਤੁਸੀਂ ਪਹਿਲਾਂ ਹੀ ਤਿਆਰ ਕਰਨੀ ਹੈ। ਤੁਸੀਂ ਦੇਖ ਸਕਦੇ ਇੱਕ ਸਾਈਡ ਤੋਂ ਪੱਗ ਥੋੜ੍ਹੀ ਛੋਟੀ ਹੈ, ਇੱਕ ਸਾਈਡ ਤੋਂ ਵੱਡੀ ਹੈ, ਇਹੀ ਜਿਹੜੀ ਮੋਰਨੀ ਪੱਗ ਦੀ ਖਾਸੀਅਤ ਹੁੰਦੀ ਹੈ। ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਉਹ ਪੱਗ ਨੂੰ ਕਿਉਂਕਿ ਬਹੁਤ ਵਧੀਆ ਪੱਗ ਹੈ ਇਹ ਮੋਰਨੀ ਪੱਗ, ਅਤੇ ਬਹੁਤ ਹਰ ਇੱਕ ਵੀਰ 'ਤੇ ਜੱਸਦੀ ਹੈ, ਕੋਈ ਵੀ ਮੋਨਾ ਵੀਰ ਹੋਵੇ ਜਾਂ ਸਰਦਾਰ ਹੋਵੇ ਹਰ ਇੱਕ ਬਾਈ 'ਤੇ ਜੱਸਦੀ ਹੈ ਪੱਗ, ਕਿਉਂਕਿ ਵਿਆਹ ਸ਼ਾਦੀ 'ਚ ਵੀ ਜਿਹੜੀ ਪੱਗ ਬੰਨੀ ਜਾਂਦੀ ਹੈ ਸਿਰਫ ਮੋਰਨੀ ਪੱਗ ਹੁੰਦੀ ਹੈ, ਜਿਹਨੂੰ ਆਪਾਂ ਪੋਜ ਵੀ ਕਹਿ ਦਿੰਦੇ ਹਾਂ। ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਵੀਰੇ ਪਲੀਜ਼ ਵੀਡੀਓ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ। ਹੁਣ ਆਪਾਂ ਨੇ ਲੜ ਦੇ ਉੱਪਰ ਹੱਥ ਫੇਰਨਾ, ਪਹਿਲਾਂ ਆਪਾਂ ਬਾਜ ਫੇਰਾਂਗੇ ਥੱਲੋਂ, ਕੰਨ ਆਪਣਾ ਜਿਹੜਾ ਪੱਗ ਦਾ ਸਿੱਧਾ ਕਰ ਲਓ, ਬਾਅਦ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ। ਹੁਣ ਆਪਾਂ ਉੱਪਰੋਂ ਲੜਦੇ ਜਿਹੜਾ ਬਾਜ ਫੇਰਨਾ, ਜਿਹੜਾ ਆਪਣਾ ਵੱਟ ਪਿਆ ਹੋਇਆ ਵਿੱਚੋਂ ਨਿਕਲ ਜੂਗਾ। ਹੁਣ ਆਪਾਂ ਕਲਗੀ ਲੜ ਲਾਉਣਾ ਪੱਗ 'ਤੇ ਲਗਾ ਕੇ, ਪਹਿਲਾਂ ਜਿਹੜੀ ਕਲਗੀ ਲੜ ਦੀ ਸ਼ੇਪ ਵਧੀਆ ਬਣਾ ਲਓ। ਪੰਜ ਲੜਾਂ ਦੀ ਪੱਗ ਹੈ, ਇਸ ਵਿੱਚ ਤੁਹਾਨੂੰ ਕੁਝ ਜ਼ਿਆਦਾ ਜਿਹੜੀ ਮਤਲਬ ਉਲਝਣ ਦੀ ਲੋੜ ਨਹੀਂ ਕਿਉਂਕਿ ਬਿਲਕੁਲ ਸਿੰਪਲ ਤਰੀਕੇ ਨਾਲ ਪੱਗ ਬੰਨ ਕੇ ਖਾਈ ਹੈ। ਅਤੇ ਜਿਹੜਾ ਬੇਸ ਹੈ ਆਪਣੀ ਪੱਗ ਦਾ ਮੇਨ ਗੱਲ ਜਿਹੜੀ ਆ ਜਾਂਦੀ ਹੈ ਬੇਸ 'ਤੇ, ਜਿਹੜਾ ਤਾਂ ਬੇਸ ਹੈ ਇਹ ਪੱਗ ਵਿੱਚ ਜਿਹੜਾ ਵੀ ਐਕਸਟਰਾ ਬੇਸ ਨਹੀਂ ਯੂਜ਼ ਕਰਨਾ, ਜਿੱਦਾਂ ਪਹਿਲਾਂ ਵੀਡੀਓ ਅਪਲੋਡ ਕੀਤੀ ਹੈ ਬੇਸ ਦੀ ਉਹੀ ਪੱਗ 'ਚ ਮੈਂ ਹਰੇਕ ਉਹੀ ਵੀ ਜਿਹੜਾ ਬੇਸ ਆਪਾਂ ਹਰੇਕ ਪੱਗ 'ਚ ਯੂਜ਼ ਕਰਦੇ ਹਾਂ, ਅਤੇ ਇਹ ਪੱਗ 'ਚ ਵੀ ਉਹੀ ਬੇਸ ਯੂਜ਼ ਕੀਤਾ।
क्योंकि दोनों साइड से पग बराबर नहीं आ रही, क्योंकि कोई एक्स्ट्रा वेट यूज करना तो ही थोड़े दोनों साइड से बराबर आए पग। हम आप पग भिन्ना सेंटर बिच बाकी एक बार फिर कह देना चाहते हैं प्लीज़ साड़ी मेहनत से पानी ना फेरिया करो। तो सिर्फ एक रिक्वेस्ट होंगी है कि वीडियो में शेयर जरूर कर दिया करो, क्योंकि असं थोड़े लिए इन्नी मेहनत करते हैं, सिर्फ एक शेयर तो मेरे बनता ही है, क्योंकि तुम अपने फ्रेंड्स में शेयर करोगे तो उन्होंने भी कुछ नव सीखने को मिलेगा, तो सूँ भी होगा कि साडे वीर ने साडी वीडियो शेयर की है। तो कई वीर ने मैं बहुत सपोर्ट की है, उन्होंने वीर का मैं बहुत बहुत धन्यवाद करा, क्योंकि अपने 10,500 सबसक्राइबर हो गए हैं, तो बहुत बहुत धन्यवाद सारे वीर का। तो मैं लगता अगे भी वो इदा ही सपोर्ट करे, दिलों धन्यवाद वो सारे वीर का जो सू अपना टाइम कट के जो सू देख लेने सूँ शेयर करते हैं, बहुत बहुत धन्यवाद भी उन्होंने, क्योंकि अच्छ जो भी असं हाँ उन्होंने करके हाँ, क्योंकि जिन्होंने सपोर्ट की है उन्होंने तो बार असं कुछ भी नहीं, तो हर एक वीर की डिमांड करके असं अगे बढ़ते हैं। सेंटर से बग भी लगा के अपने लड़न मोड़ना जमा ही नकली सीट से कुछ देख सकते लड़ मोड़े, तो यह बग मेरी फेवरेट बग है जिमें थोड़ा अक्सर मैं पहले भी दसिया, तो यह बग जी तुम जरूर ट्राई करो एक बार, जोड़े भी चाहते हैं किसी नव नवी चीज़ लिया चाहते हैं बग बच्चे ये बग तुम जरूर ट्राई करो, क्योंकि ये हर एक पेज फेज पर जसती है, मोरनी बग जी हर एक पेज फेज पर जसती है, तुम किसी भी विह शादी किसी भी फंक्शन में देख सकते हो, जो कोई पग बनवा हमेशा मोरनी पग बनते हैं जोड़े भी वीर बनते हैं, क्योंकि मोरनी पग हमेशा बिल्कुल वधिया पग बनी जाती है, हर एक वीर जसती है, तो इससे जो आप विह वाले वीर होंगे उन्होंने सेहरा भी जसता है। पग पीना आने उपर पग पीना एक या दो जीने कुछ यूज करनी है, एक पला ली दूजी पग भी लगावे, दो पग पीना जीडिया बैटर ने पग की, बाकी तुम वध भी लगा सकते हो, थोड़ा गलाड़ जो नहीं टिकता, अपने पग पूरी तैयार हो चुकी है, आप सीट ढकेंगे देख सकते हो बिल्कुल अपने मूँह से परफेक्ट लग रही है, बिल्कुल भी वड्डी नहीं लग रही पग, कोई भी रह नहीं कह सकता कि बहुत वड्डी पग है, क्योंकि पांच लड़ पाए ने तो शेप भी बिल्कुल वधिया लग रही है मूँह से। जे थोड़ी वीडियो वधिया लगी ना वीडियो शेयर जरूर कर दे करे, हम लड़ा दे पर बाद फेरेंगे, बाद तुसी देख लो किवें फेरना, बिल्कुल हल्के हल्के हत्थां नाल बाद फिर सारे लड़ा बच्चे, फिर उस बाद सीट ढक लियो। बाकी मैंने अक्सर वीर के फोन आते हैं तो मैसेज भी आते हैं वट्सएप से, कई वीर ने मैंने बहुत डिमांड मंगी है, तो मैंने मटामारी पूनी की बहुत डिमांड आई है, तो उससे भी अक्सर जल्दी वीडियो लेके आवेंगे, बाकी सिर्फ अज लिए इन्ना ही है, तो वीडियो बारे लगे हुए तो वीडियो शेयर जरूर कर दियो, बाकी मिलते हैं अगली वीडियो में, वाहेगुरू जी का खालसा वाहेगुरू जी की फतेह।